ਸਾਰੀ ਦਿਹਾੜੀ ਗਲੀ ਵਿੱਚ ਐਵੇਂ ਬੈਠੀ ਰਹਿੰਦੀ ਹੈ, ਆਉਂਦੇ ਜਾਂਦੇ ਰਾਹੀਆਂ ਨੂੰ ਤੱਕਦੀ ਉਹ ਰਹਿੰਦੀ ਹੈ। ਸਾਰੀ ਦਿਹਾੜੀ ਗਲੀ ਵਿੱਚ ਐਵੇਂ ਬੈਠੀ ਰਹਿੰਦੀ ਹੈ, ਆਉਂਦੇ ਜਾਂਦੇ ਰਾਹੀਆਂ ਨੂੰ ਤੱਕਦੀ ਉਹ ਰਹਿੰਦੀ ਹੈ। ਉਹ ਡੱਕੇ ਜਿੱਥੋਂ ਬੰਦਾ ਤੇ ਉੱਥੋਂ ਨਹੀਂ ਜੇ ਮੁੜਨਾ। ਜੀ ਜੀ ਉਹਦੇ ਅੱਗੇ ਉਹ ਕੰਨ ਜੇ ਕਰਨਾ, ਆਪਣੀ ਕੀਤੀ ਨੂੰ ਆਪ ਉਹ ਪਾਏਗਾ, ਇੱਕ ਦਿਨ ਅਖੀਰ ਉਹ ਝੁੱਡੂ ਬਣ ਜਾਏਗਾ। ਔਕਾ ਭਰ ਕੇ ਬੀਬੀ ਤੇ ਜਵਾਬ ਦਿੰਦੀ ਹੈ, ਸਾਰੀ ਦਿਹਾੜੀ ਗਲੀ ਵਿੱਚ ਐਵੇਂ ਬੈਠੀ ਰਹਿੰਦੀ ਹੈ। ਗੱਲ ਸੁਣ ਮੇਰੀ, ਵੀ ਤੂੰ ਟੁੱਟ ਪੈਣ ਆ, ਮੈਂ ਕਿੱਥੇ ਟੁੱਟ ਚੱਲਿਆ, ਮੈਂ ਤੂੰ ਨਾ ਰਹਿਣ ਆ। ਗੱਲ ਸੁਣ ਮੇਰੀ, ਵੀ ਤੂੰ ਟੁੱਟ ਪੈਣ ਆ, ਕਿੱਥੇ ਟੁੱਟ ਚੱਲਿਆ, ਮੈਂ ਤੂੰ ਨਾ ਰਹਿਣ ਆ। ਇੱਕ ਕਹਿੰਦੇ ਇੱਕ ਘੰਟਾ ਅੰਦਰ ਕਦੀ ਬਹਿੰਦੀ ਹੈ, ਸਾਰੀ ਦਿਹਾੜੀ ਗਲੀ ਵਿੱਚ ਐਵੇਂ ਬੈਠੀ ਰਹਿੰਦੀ ਹੈ, ਆਉਂਦੇ ਜਾਂਦੇ ਰਾਹੀਆਂ ਨੂੰ ਤੱਕਦੀ ਉਹ ਰਹਿੰਦੀ ਹੈ। ਗੱਲਾਂ ਦੀ ਉਹ ਗੱਲੜੀ ਤੇ ਚੁਗਲੀਆਂ ਦੀ ਸ਼ੇਰ ਹੈ। ਗੱਲਾਂ ਦੀ ਉਹ ਗੱਲੜੀ ਤੇ ਚੁਗਲੀਆਂ ਦੀ ਸ਼ੇਰ ਹੈ, ਕਹਿੰਦੀ ਪਿੰਡ ਵਿੱਚ ਪਿੰਡ ਦੀ ਖਬਰ ਨਾ ਹੋਵੇ ਤੇ ਇਹ ਵੀ ਤੇ ਹਨੇਰ ਹੈ। ਕਹਿੰਦੀ ਪਿੰਡ ਦੀ ਖਬਰ ਨਾ ਹੋਵੇ ਤੇ ਇਹ ਵੀ ਤੇ ਹਨੇਰ ਹੈ, ਗੱਲ ਨਾ ਮੁਕੰਮਲ ਹੋਵੇ, ਕੋਲੋਂ ਗੰਢ ਲੈਂਦੀ ਹੈ, ਸਾਰੀ ਦਿਹਾੜੀ ਗਲੀ ਵਿੱਚ ਐਵੇਂ ਬੈਠੀ ਆਉਂਦੇ ਜਾਂਦੇ ਰਾਹੀਆਂ ਨੂੰ ਤੱਕਦੀ ਉਹ ਰਹਿੰਦੀ ਹੈ। ਇੱਕ ਦਿਨ ਬੀਬੀਆਂ ਨੂੰ ਆਣ ਕੇ ਦੱਸਦੀ ਹੈ, ਬੀਬੀਆਂ ਆਉਂਦੀਆਂ ਨੇ ਉਹਦੇ ਕੋਲ, ਉਹ ਆਉਂਦੀਆਂ ਨੇ ਸਾਡਾ ਬੰਦਾ ਨਹੀਂ ਸਾਡੀ ਗੱਲ ਮੰਨਦਾ, ਤੂੰ ਕੀ ਕਰਨੀ ਹੈ। ਉਹ ਆਉਂਦੀ ਸ਼ਗਿਰਦ ਮੇਰੀ ਮੇਰੀ ਪੈ ਜਾਓ ਤੇ ਕਾਹਦੀ ਪਰੇਸ਼ਾਨੀ ਹੈ, ਸ਼ਗਿਰਦ ਮੇਰੀ ਪੈ ਜਾਓ ਤੇ ਕਾਹਦੀ ਪਰੇਸ਼ਾਨੀ ਹੈ, ਕਾਮਯਾਬ ਹੋਣ ਲਈ ਦੇਣੀ ਪੈਣੀ ਕੁਰਬਾਨੀ ਹੈ। ਡੱਕੇ ਜਿੱਥੋਂ ਬੰਦਾ ਤੇ ਉੱਥੇ ਨਹੀਂ ਮੁੜਨਾ, ਜੀ ਜੀ ਉਹਦੇ ਅੱਗੇ ਉਹ ਕੰਨ 'ਚ ਕਿਰਨਾ, ਆਪਣੀਆਂ ਕੀਤੀਆਂ ਨੂੰ ਆਪ ਉਹ ਪਾਏਗਾ, ਇੱਕ ਦਿਨ ਅਖੀਰ ਉਹ ਝੁੱਡੂ ਬਣ ਜਾਏਗਾ।